ਜਾਂਦਾ ਕਿ ਮੈਂ ਥੋੜ੍ਹਾ, ਤੁਸੀਂ ਕਿਹਾ ਹੋਣਾ ਕਿ ਸਕੂਟਰ 'ਤੇ ਫਿਰਦਾ ਸੀਗਾ ਅੱਜ, ਤਾਂ ਸਕੂਟਰ 'ਤੇ ਤਾਂ ਸੀ ਮੇਰੀ ਥੋੜ੍ਹੀ ਲੱਤ ਦੀ ਕੋਈ ਪ੍ਰੋਬਲਮ ਸੀ, ਇਸ ਕਰਕੇ ਮੈਂ ਸਕੂਟਰ ਦੇ ਨਾਲ ਨਾਲ ਹੋਇਆ ਸੀ। ਇਹ ਗੁਜ਼ਾਰਾ ਜਦ ਤੱਕ ਕਾਇਮ ਰਹੇਗਾ ਤਦ ਤੱਕ ਸਾਨੂੰ ਦੋਵਾਂ ਦਾ ਢੰਗ ਪਿਆਰਾ ਹੈ, ਗ੍ਰਿਫਤਾਰ ਕਰਕੇ ਸਲਾਹ ਕਰਨੀ ਚਾਹੀਦੀ ਹੈ। ਰਾਤ ਨੂੰ ਬਹੁਤ ਮਨਭਾਗੀ ਦੁਰਘਟਨਾ ਹੋਈ ਹੈ, ਜਿਹਦੇ ਵਿੱਚ ਜਿਹੜੀਆਂ ਗਊਆਂ ਜਿਹੜੀਆਂ ਕਿ ਇੱਕ ਜੀਵ ਹੱਤਿਆ, ਜਿਹਨੂੰ ਕਿ ਬਹੁਤ ਘਿਨਾਉਣਾ, ਆਪਾਂ ਅਪਰਾਧ ਵੀ ਕਹਿ ਸਕਦੇ ਹਾਂ, ਪਾਪ ਵੀ ਕਹਿ ਸਕਦੇ ਹਾਂ, ਇਹ ਬਹੁਤ ਹੋਇਆ। ਮੈਂ ਪਿਛਲੇ 25-30 ਸਾਲ ਤੋਂ ਰੋਪੜ ਦੇ ਵਿੱਚ ਬਤੌਰ ਪੁਲਿਸ ਅਫਸਰ ਸੇਵਾ ਕਰ ਰਿਹਾ, ਪਰ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਸਾਡੇ ਰੋਪੜ ਤਾਂ ਛੱਡੋ, ਤੁਸੀਂ ਆਸੇ ਪਾਸੇ ਵੀ ਨਹੀਂ ਮੈਂ ਸੁਣੀ ਕਦੇ। ਹਾਂ, ਪਿੱਛੇ ਦੇ ਕਰਕੇ ਨੂਰਪੁਰ ਵੇਦੀ ਇਲਾਕੇ ਦੇ ਵਿੱਚ ਕਈ ਜਾਨਵਰਾਂ ਦੀ ਝੋਟੇ, ਆਪਣੇ ਹੋਰ ਗਊਆਂ, ਜਿੱਦਾਂ ਕੋਈ ਚੋਰੀ ਦੀ ਘਟਨਾਵਾਂ ਇੱਦਾਂ ਦੀਆਂ ਹੋਈਆਂ ਸੀਗੀਆਂ। ਅਸੀਂ ਦਿਨ ਰਾਤ ਇੱਕ ਕਰਕੇ ਸਾਡੀਆਂ ਟੀਮਾਂ ਲੱਗੀਆਂ ਸੀਗੀਆਂ, ਅਸੀਂ ਉਹ ਮਹੀਨੇ ਡੇਢ ਮਹੀਨੇ ਦੇ ਵਿੱਚ ਉਹ ਸਾਰੇ ਮੁੰਡੇ ਟਰੇਸ ਕਰ ਲਏ ਸੀਗੇ, ਔਰ ਸਾਨੂੰ ਪਤਾ ਲੱਗ ਗਿਆ। ਇਹ ਪਿੱਛੇ 2-3 ਮਹੀਨੇ ਦੀ ਗੱਲ ਹੈ, ਸ਼ਾਇਦ ਨੂਰਪੁਰ ਵੇਦੀ ਦੇ ਵੀ ਵਿੱਚ ਸਾਡੇ ਜਿਹੜੇ ਜਥੇਬੰਦੀ ਦੇ ਹੈਗੇ ਸੀ ਉਹ ਬੈਠੇ ਹੋਣ, ਉਹਨਾਂ ਨੂੰ ਸਾਡੇ ਬਾਰੇ ਸਾਰਾ ਪਤਾ। ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈ, ਇਹਦੇ ਬਾਰੇ ਵੀ ਸਾਡੇ SSP ਸਾਹਿਬ ਨੇ ਜਿਹੜੀਆਂ ਟੀਮਾਂ ਬਣਾਈਆਂ ਹੋਈਆਂ, ਸਾਡੀਆਂ CIA ਦੀਆਂ 2 ਟੀਮਾਂ ਨੇ, ਪੁਲਿਸ ਸਟੇਸ਼ਨ ਥਾਣੇ ਤੋਂ DSP ਸਾਹਿਬ ਰਾਜਪਾਲ ਸਿੰਘ ਜੀ ਖੜ੍ਹੇ ਨੇ ਅਤੇ SHO ਸਾਹਿਬ ਪਵਨ ਜੀ ਖੜ੍ਹੇ ਨੇ, ਇਹਨਾਂ ਦੀਆਂ ਟੀਮਾਂ ਔਰ ਸਾਡੀਆਂ ਟੀਮਾਂ ਸਪੈਸ਼ਲ ਬ੍ਰਾਂਚ, ਅਸੀਂ ਸਾਰੇ ਲੱਗੇ ਹੋਏ ਹਾਂ। ਸਾਨੂੰ ਸੋਰਸਿਸ ਵੀ ਮਿਲ ਗਏ ਨੇ, ਸਾਨੂੰ ਅਸੀਂ ਕਾਫੀ ਨਜ਼ਦੀਕ ਪਹੁੰਚ ਵੀ ਗਏ ਹਾਂ, ਕਈ ਚੀਜ਼ਾਂ ਅਸੀਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦੇ, ਅਤੇ ਇਹ 1-2 ਦਿਨ ਦੀ ਗੱਲ ਹੈ। ਸਾਡਾ ਸਾਨੂੰ ਤੁਸੀਂ ਸਹਿਯੋਗ ਦਿਓ, ਕਿਉਂਕਿ ਮੈਨੂੰ ਇੱਥੋਂ ਹੀ ਤੁਹਾਡੇ ਵਿੱਚੋਂ ਇਨਫੋਰਮੇਸ਼ਨ ਮਿਲਦੀ ਹੈ, ਮੈਂ ਕਿਤੇ ਨਾ ਕਿਤੇ ਕੋਈ ਗੱਲਬਾਤ ਕਰਦਾ ਆਪਣੇ ਜਿਹੜੇ ਪੁਰਾਣੇ ਸਾਥੀ ਹੈਗੇ ਨੇ ਜਾਣ ਪਹਿਚਾਣ, ਜਿਨ੍ਹਾਂ ਦੇ ਨਾਲ ਜਿਨ੍ਹਾਂ ਤੋਂ ਪਹਿਲਾਂ ਵੀ ਮੈਂ ਇਨਫੋਰਮੇਸ਼ਨ ਲੈਂਦਾ ਰਿਹਾ, ਉਹਨਾਂ ਵਿੱਚੋਂ ਹੀ ਮੈਨੂੰ ਇਨਫੋਰਮੇਸ਼ਨ ਮਿਲ ਰਹੀ ਹੈ, ਔਰ ਆਪਾਂ ਉਹ ਬੜੀ ਜਲਦੀ ਨਾਲ ਅਸੀਂ ਕਾਮਯਾਬ ਹੋਵਾਂਗੇ। ਜਿਹੜੀ ਇਹ ਮੰਦਭਾਗੀ ਘਟਨਾ ਹੈਗੀ ਹੈ, ਇਹਦੇ ਅਸੀਂ ਕੇਸ ਰਜਿਸਟਰ ਕੀਤਾ ਹੋਇਆ, SSP ਸਾਹਿਬ ਦੇ ਬੜੇ ਸਖਤ ਨਿਰਦੇਸ਼ ਨੇ, ਅਸੀਂ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰ ਰਹੇ ਹਾਂ। ਹੁਣ ਵੀ ਅਸੀਂ ਜਿਹੜਾ ਆ ਤੁਹਾਡੇ ਕੋਲ ਆਏ ਹਾਂ, ਅਸੀਂ ਹਾਲੇ ਵੀ ਮੀਟਿੰਗ ਕਰ ਰਹੇ ਸੀਗੇ, ਸਾਡੇ SP ਹੈੱਡਕੁਆਰਟਰ ਸਾਹਿਬ ਜਿਹੜੇ ਕਿਤੇ ਬਾਈ ਚਾਂਸ ਕਿਤੇ ਹੋਰ ਡਿਊਟੀ 'ਤੇ ਉਹਨਾਂ ਨੂੰ ਜਾਣਾ ਪੈ ਗਿਆ, ਉਹਨਾਂ ਨੇ ਆਉਣਾ ਸੀ, ਉਹਨਾਂ ਨੇ ਫਿਰ ਸਾਨੂੰ ਨਿਰਦੇਸ਼ ਦਿੱਤੇ ਤੁਸੀਂ ਜਾ ਕੇ ਉਹਨਾਂ ਨੂੰ ਇਹ ਜਿਹੜਾ ਵਿਸ਼ਵਾਸ ਦਿਵਾਓ ਰੋਪੜ ਸ਼ਹਿਰ ਵਾਸੀਆਂ ਨੂੰ, ਵੀ ਜਿਹੜੀ ਹੈ ਇਹ ਘਟਨਾ ਜਿਹੜੀ ਹੈ ਇਹਨੂੰ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਕੇ ਜਿਹੜੇ ਦੋਸ਼ੀ ਹੈ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਔਰ ਤੁਹਾਡੇ ਰੂਬਰੂ ਕਰਾਂਗੇ, ਔਰ ਤੁਸੀਂ ਆਪ ਉਹਨੂੰ ਹੀ ਤਸੱਲੀ ਕਰਿਓ, ਔਰ ਸਾਨੂੰ ਜਿਹੜਾ ਸਹਿਯੋਗ ਦਿਓ। ਮੈਂ ਤੁਹਾਡੇ ਤੋਂ ਇਹ ਉਮੀਦ ਕਰਦਾ ਹੋਇਆ ਕਿ ਤੁਸੀਂ ਸਾਨੂੰ ਜਿਹੜਾ ਆਉਣ ਵਾਲੇ ਟਾਈਮ 'ਚ ਵੀ ਜਿੱਦਾਂ ਪਹਿਲਾਂ ਸਹਿਯੋਗ ਦਿੰਦੇ ਰਹੇ ਹੋ, ਹੁਣ ਵੀ ਸਾਨੂੰ 2-4 ਦਿਨ ਸਾਨੂੰ ਦਿਓ ਸਹਿਯੋਗ, ਤਾਂ ਕਿ ਅਸੀਂ ਜਿਹੜੀ ਹੈ ਵੱਧ ਤੋਂ ਵੱਧ ਐਵੀਡੈਂਸ ਇਕੱਠੀ ਜਿਹੜੀ ਕੀਤੀ ਹੈ ਉਹਨੂੰ ਥੋੜ੍ਹਾ ਕੋਲੈਬੋਰੇਟ ਕਰਕੇ ਅਸੀਂ ਜਿਹੜਾ ਦੋਸ਼ੀ ਹੈ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਵਾ ਸਕਦੇ। ਬਾਕੀ ਮੈਂ ਤੁਹਾਨੂੰ ਯਕੀਨ ਦਵਾਉਣਾ, ਤੁਸੀਂ ਸਾਰੇ ਨੋਟ ਕਰ ਲਓ ਕਿ ਅਸੀਂ ਜਲਦੀ ਹੀ ਜਿਹੜੀ ਹੈ ਇਹ ਜਿਹੜੀ ਇਹਨੂੰ ਟਰੇਸ ਕਰਕੇ ਔਰ ਸ਼ਹਿਰ ਜਿਹੜਾ ਹੈ ਉਹਨੂੰ ਅਮਨ ਸ਼ਾਂਤੀ ਜਿਹੜੀ ਹੈ ਉਹਦੇ ਵਿੱਚ ਜਿਹੜਾ ਜਿੱਦਾਂ ਹੁਣ ਅੱਜ ਜਿਹੜੇ ਆ ਨਵਰਾਤਰੇ ਸ਼ੁਰੂ ਹੋ ਗਏ ਨੇ, ਆਪਣਾ ਕੰਮ ਜਿਹੜੇ ਆ ਕਾਰਜ ਸ਼ੁਰੂ ਹੋ ਜਾਣੇ ਆ, ਅਸੀਂ ਜਲਦੀ ਤੋਂ ਜਲਦੀ ਜਿਹੜਾ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਇਹ ਮੁਕੱਦਮਾ ਜਿਹੜਾ ਅਸੀਂ ਟਰੇਸ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
ਨਮਸਕਾਰ ਜੀ ਪਿਆਰੇ ਦਰਸ਼ਕੋ, ਇਸ ਵੇਲੇ ਮੈਂ ਰੋਪੜ ਵਿਖੇ ਮੌਜੂਦ ਹਾਂ। ਸਭ ਨੂੰ ਪਤਾ ਹੈ ਕਿ ਇੱਕ ਮੰਦਭਾਗੀ ਘਟਨਾ ਜਿਹੜੀ ਹੈ ਅੱਜ ਤੋਂ ਛੇ ਦਿਨ ਜਿਹੜੇ ਉਹ ਚੱਲੇ ਲਗਭਗ ਸ਼ੁੱਕਰਵਾਰ ਨੂੰ ਵਾਪਰੀ ਸੀਗੀ। 5-6 ਗਊਆਂ ਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਕੀਤਾ ਗਿਆ ਸੀ ਰੋਪੜ ਦੇ ਵਿੱਚ, ਜਿਹਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦੇ ਕੋਈ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਹਨੂੰ ਲੈ ਕੇ ਅੱਜ ਪੂਰੇ ਰੋਪੜ ਦੇ ਸਾਡੇ ਨਗਰ ਨਿਵਾਸੀ ਸ਼ਹਿਰ ਵਾਸੀ ਦਿਖਾਓ ਜਿਹੜਾ ਤਸਵੀਰ ਦੇ ਵਿੱਚ ਕਿ ਬਿਲਕੁਲ ਧਰਨਾ ਜਿਹੜਾ ਇੱਥੇ ਲਗਾ ਦਿੱਤਾ ਗਿਆ ਹੈ। ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਹਮਣੇ ਨਹੀਂ ਲਿਆਉਂਦਾ, ਉਦੋਂ ਤੱਕ ਇਹਨਾਂ ਦਾ ਧਰਨਾ ਜਿਹੜਾ ਲਗਾਤਾਰ ਜਾਰੀ ਰਹੇਗਾ। ਪੁਲਿਸ ਪ੍ਰਸ਼ਾਸਨ ਦੇ ਵਿੱਚ DSP ਸਾਹਿਬਾਨ, SHO ਸਾਹਿਬਾਨ ਅਤੇ ਜਿਹੜੀ ਫੋਰਸ ਹੈ ਇੱਥੇ ਪਹੁੰਚੀ ਹੋਈ ਹੈ। ਪਰ ਲੇਕਿਨ ਅਸੀਂ ਵੀ ਇੱਥੇ ਹੀ ਕਹਾਂਗੇ ਕਿ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਮੰਦਭਾਗੀ ਘਟਨਾ ਜਿਹੜੀ ਹੈ ਕਦੇ ਵੀ ਅੱਜ ਤੱਕ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਸੁਣੀ ਹੈ। ਪਰ ਲੇਕਿਨ ਜਿਨ੍ਹਾਂ ਨੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕਰਨਾ ਚਾਹੀਦਾ ਹੈ। ਸਾਹਮਣੇ ਤਸਵੀਰ ਦੇ ਵਿੱਚ ਆਪਾਂ ਦਿਖਾਵਾਂਗੇ ਪਹਿਲਾਂ ਬਿਲਕੁਲ ਵੀ ਇਸ ਤਰ੍ਹਾਂ ਧਰਨੇ ਦੇ ਵਿੱਚ ਸ਼ਾਮਿਲ ਜਿਹੜੇ ਅਸੀਂ ਪੁਲ ਬਾਜ਼ਾਰ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਅਸੀਂ ਦੇਖ ਸਕਦੇ ਹਾਂ ਕਿ ਅੱਜ 12 ਵਜੇ ਤੱਕ ਬਾਜ਼ਾਰ ਬੰਦ ਕਰਨ ਦੀ ਕੌਲ ਜਿਹੜੀ ਦਿੱਤੀ ਗਈ ਸੀਗੀ। ਅਤੇ ਮੈਂ ਪਹਿਲਾਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਬਿਲਕੁਲ ਗਊਆਂ ਦਾ ਦਰਦ ਸਭ ਨੂੰ ਹੈ। ਸਾਰੇ ਲੋਕ ਆਪਣੇ ਆਪਣੇ ਦੁਕਾਨਾਂ ਬੰਦ ਕਰਕੇ ਇਸ ਦਰਦ ਦਾ ਅਹਿਸਾਸ ਕਰ ਰਹੇ ਹੈ ਅਤੇ ਕਾਫ਼ੀ ਲੋਕ ਦੁਕਾਨਾਂ ਦੇ ਬਾਹਰ ਬੈਠੇ ਹੈ ਕਿਉਂਕਿ ਕੋਈ ਗੱਲਬਾਤ ਕਰਦੇ ਹੈ। ਹਾਂਜੀ ਜਨਾਬ, ਗਊਆਂ ਦੇ ਹੱਤਿਆ ਹੋਈ ਹੈ, ਅੱਜ ਬਾਹਰ ਸਾਰਾ ਬਾਜ਼ਾਰ ਬੰਦ ਹੈ, ਤੁਸੀਂ ਕਿਵੇਂ ਦੇਖ ਰਹੇ ਹੋ? ਬਹੁਤ ਵਧੀਆ ਉਪਰਾਲਾ ਸ਼ਹਿਰ ਵਾਸੀਆਂ ਦਾ, ਐਦਾਂ ਹੀ ਇਕੱਠ ਹੋਣਾ ਚਾਹੀਦਾ ਸਾਰੇ ਸ਼ਹਿਰ ਵਾਸੀਆਂ ਦਾ, ਰਹਿਣਗੇ ਤਾਂ ਵਧੀਆ ਰਹਿਣਗੇ। ਤੋਂ ਦੇਰੀ ਲਾਲ ਦਾ ਨਾਮ ਕਿਤੇ ਨਾ ਕਿਤੇ ਕੋਈ ਨਿਸ਼ਾਨ ਲੱਗਦਾ ਕੋਈ? ਭਾਜੀ ਇਹਦੇ ਬਾਰੇ ਥੋੜ੍ਹੀ ਮੈਨੂੰ ਨੌਲੇਜ ਨਹੀਂ ਸੀਗੀ, ਬਟ ਇਹ ਵੀ ਸ਼ਹਿਰ ਵਾਲਿਆਂ ਨੇ ਵਧੀਆ ਇੱਕਾ ਦਿਖਾਇਆ, ਦੇਖ ਕੇ ਚੰਗਾ ਲੱਗਿਆ। ਚੰਗਾ ਲੱਗਿਆ, ਪਰ ਇਹ ਕੋਈ ਵੀ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਹੁੰਦਾ ਤਾਂ ਚਾਹੇ ਹਿੰਦੂ ਮੁਸਲਮਾਨ ਸਿੱਖ ਇਸਾਈ ਕਿਸੇ ਵੀ ਨਾਲ ਵੀ ਹੋਵੇ ਇਕੱਠੇ ਹੋਣਾ ਚਾਹੀਦਾ ਸ਼ਹਿਰ ਵਾਲ, ਮਾੜੀ ਘਟਨਾ ਨੂੰ ਮਾੜੀ ਨਹੀਂ ਕਹਿਣਾ ਚਾਹੀਦਾ, ਮਾੜਾ ਹੀ ਕਹਿਣਾ ਚਾਹੀਦਾ। ਲੇਕਿਨ ਕਿਆ ਲੱਗਦਾ ਵੀ ਜਿੱਦਾਂ ਦੀ ਘਟਨਾਵਾਂ ਜਿਹੜੇ ਵਾਪਰੀਆਂ ਸ਼ਾਇਦ ਜ਼ਿੰਦਗੀ ਤੁਸੀਂ ਵੀ ਪਹਿਲੀ ਵਾਰੀ ਸੁਣੀ ਹੋਣੀ ਹੈ? ਹੋਇਆ ਕਦੇ ਵੀ ਇੱਦਾਂ? ਮੇਰੀ ਜ਼ਿੰਦਗੀ 'ਚ ਹੋਇਆ ਨਹੀਂ ਜੀ ਕਦੀ। ਮੈਂ ਬਸ ਘਰ 'ਚ ਗਈਆਂ ਗਊਆਂ ਰੱਖੀਆਂ ਹੋਵੇ, 58 ਸਾਲ ਦੀ ਉਮਰ ਹੋ ਗਈ ਮੇਰੀ, ਪਰ ਇਹ ਤਾਂ ਕੋਈ ਰੰਜਿਸ਼ ਵੀ ਹੋ ਸਕਦੀ, ਹੋ ਸਕਦੀ ਹੈ, ਇਹਦੇ ਚਾਂਸ ਹੈ। ਕੜੀ ਨਾਲ ਕੜੀ ਜੋੜਨ ਪਰ ਆ ਜਾਂਦੀ ਹੈ ਤਾਂ ਪੁਲਿਸ ਸਭ ਨੂੰ ਉਹ ਕਰ ਲੈਂਦੀ ਹੈ। ਜੇ ਪੁਲਿਸ ਚਾਹੇ ਤਾਂ ਮੰਦਰ ਦੇ ਕਿਤੇ ਜੁੱਤੀ ਨਹੀਂ ਚੋਰੀ, ਇਹ ਤਾਂ ਬਹੁਤ ਬੜਾ ਕਾਂਡ ਹੈ ਜੇ ਪੁਲਿਸ। ਧੰਨਵਾਦ ਜੀ, ਬਿਲਕੁਲ ਜੀ। ਹਾਂਜੀ ਮਹਾਰਾਜ, ਤੁਸੀਂ ਵੀ ਬ੍ਰਾਹਮਣ ਹੈ? ਹਾਂਜੀ। ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਜੀ, ਇੱਕ ਬੇਜ਼ੁਬਾਨ ਨੂੰ ਚਾਕੂ ਮਾਰਨਾ ਬਹੁਤ ਗਲਤ ਗੱਲ ਹੈ। ਸਾਡੇ ਬਲੇਡਰ ਕੋਈ ਲੱਗ ਜਾਵੇ ਹੱਥ 'ਤੇ ਅਸੀਂ ਰੋਣ ਲੱਗ ਜਾਂਦੇ ਹਾਂ, ਦਰਦ ਹੁੰਦੀ ਹੈ, ਅਤੇ ਉਹ ਇੱਕ ਬੇਜ਼ੁਬਾਨ ਨੂੰ ਮਾਰੀ ਉਹਨਾਂ ਨੇ ਚਾਕੂ ਮਾਰ ਕੇ, ਬਹੁਤ ਗਲਤ ਕੀਤੀ ਹੈ, ਬੰਦਾ ਜਲਦੀ ਜਲਦ ਫੜਨਾ ਚਾਹੀਦਾ। ਹਾਂਜੀ ਸ਼ਰਮਾ ਜੀ, ਜਿਹੜੀ ਸਹੀ ਗੱਲ ਇਹ ਹੈ ਵੀ ਜਿੱਥੇ ਜੇ ਉਹਨਾਂ ਦਾ ਜਿਹੜਾ ਜਗ੍ਹਾ ਹੈ ਜਿੱਥੇ ਗਊਆਂ ਰੱਖੀਆਂ ਗਈਆਂ ਉਹਦੇ ਬਾਹਰ ਦੁਕਾਨਦਾਰ ਹੈ, CCTV ਕੈਮਰੇਜ਼ ਹੈ, ਸਾਰੇ ਕੁਛ ਲੱਗੇ ਹੋਏ ਹੈ, ਬਈ ਬੇਸ਼ੱਕ ਅੰਦਰ ਕੈਮਰਾ ਨਹੀਂ ਹੈਗਾ ਪਰ ਲੇਕਿਨ ਉਹ ਕੈਮਰਾ ਦੇ ਰਾਹੀਂ ਵੀ ਟਰੇਸ ਕੀਤਾ ਜਾ ਸਕਦਾ ਮੁਜਰਮ ਨੂੰ। ਹਾਂਜੀ ਹਾਂਜੀ, ਮੂਵੀ ਕੈਮਰਾ ਅੰਦਰ ਲੱਗਣੇ ਹੋਣੇ ਚਾਹੀਦੇ ਹੈ, ਜਿੱਥੇ ਗਊਆਂ ਹੁੰਦੀਆਂ ਉੱਥੇ ਮੂਵੀ ਕੈਮਰੇ ਲੱਗਣੇ ਚਾਹੀਦੇ ਹੈ, ਬਾਹਰ ਵੀ ਹੋਣੇ ਚਾਹੀਦੇ ਬਾਜ਼ਾਰ 'ਚ, ਅਤੇ ਕਿਤੇ ਵੀ ਇਹਨਾਂ ਨੂੰ ਸੁਰਾਗ ਨਹੀਂ ਮਿਲਿਆ ਪੰਜਾਬ ਪੁਲਿਸ ਨੂੰ। ਚਲੋ ਜੀ, ਇੱਕ ਗੱਲ ਹੋਈ ਸੀਗੀ ਪਹਿਲਾਂ ਜਦੋਂ ਬੇਅਦਬੀ ਦੀ ਘਟਨਾ ਵਾਪਰ ਲੱਗੀ ਸੀ ਉਸ ਵੇਲੇ ਇੱਕੋ ਐਲਾਨ ਹੋਇਆ ਸੀ ਵੀ ਸਾਰੇ ਗੁਰਦੁਆਰਿਆਂ ਦੇ ਵਿੱਚ CCTV ਕੈਮਰਾ ਹੋਣੇ ਚਾਹੀਦੇ ਆ, ਪਰ ਲੇਕਿਨ ਹੁਣ ਆਹ ਘਟਨਾ ਵਾਪਰਨ ਤੋਂ ਬਾਅਦ ਜਿੱਥੇ ਵੀ ਗਊਆਂ ਰੱਖੀਆਂ ਜਾਂਦੀਆਂ ਤਾਂ ਗਊਆਂ ਰਹਿੰਦੀਆਂ ਹੈ, ਤਾਂ ਲੇਕਿਨ ਉੱਥੇ ਵੀ ਕੈਮਰੇ ਲੱਗਣੇ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਜੋ ਸ਼ਰਾਰਤੀ ਲੋਕ ਹੈ ਉਹਨਾਂ ਨੂੰ ਦੇ ਉੱਤੇ ਅੱਖ ਰੱਖੀ ਜਾ ਸਕਦੀ ਹੈ। ਅਤੇ ਫਿਲਹਾਲ ਲੋਕਾਂ ਦੇ ਵਿੱਚ ਕਾਫੀ ਰੋਸ ਹੈ, ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ ਅਤੇ ਸਾਰਾ ਬਾਜ਼ਾਰ ਪੁਲ ਬਾਜ਼ਾਰ ਇਸ ਵੇਲੇ ਬੰਦ ਦਿਖਾਈ ਦੇ ਰਿਹਾ ਹੋਏ ਹੋਏ ਹੈ ਸਾਰੇ ਸ਼ਹਿਰ ਨਿਵਾਸੀ ਇਸ ਵੇਲੇ
ਆਪਣੀ ਆਪਣੀ ਸਾਰਿਆਂ ਦਾ ਧੰਨਵਾਦ ਵੀ ਹੈ। ਬਾਕੀ ਇੱਕ ਗੱਲ ਥੋੜ੍ਹੀ ਜਿਹੀ ਮੈਂ ਕਹਿਣੀ ਚਾਹੁੰਦਾ ਕਿ ਮੈਂ ਥੋੜ੍ਹਾ ਕਹਿ ਹੁੰਦਾ ਕਿ ਸਕੂਟਰ 'ਤੇ ਫਿਰਦਾ ਸੀਗਾ ਅੱਜ, ਤਾਂ ਸਕੂਟਰ 'ਤੇ ਤਾਂ ਸੀ ਮੇਰੀ ਥੋੜ੍ਹੀ ਲੱਤ ਦੀ ਕੋਈ ਪ੍ਰੋਬਲਮ ਸੀ, ਇਸ ਕਰਕੇ ਮੈ